ਬੜੀ ਵਾਦ ਨਹੀਂ ਕਰਦਾ ਮੇਰੇ ਲਈ, ਬੜੀ ਕਰਦਾ ਬਾਬੇ ਜੀ। ਵਾਹਿਗੁਰੂ, ਹਰ ਇੱਕ ਮੁਰਾਦ ਪੂਰੀ ਹੁੰਦੀ, ਘਰੋਂ ਨਿਕਲਣ ਤੋਂ ਪਹਿਲਾਂ ਵਾ ਸੋਚੀ ਦਾ ਨੀ, ਇੱਧਰ ਆਈਦਾ, ਘਰ ਦੇ ਘਰ ਜਾ ਕੇ ਦੇਖੀਦਾ ਔਰ ਉਹ ਕੰਮ ਪੂਰਾ ਹੋਇਆ ਹੁੰਦਾ। ਮੰਨਤਾ ਪੂਰੀ ਹੈ ਜੀ, ਝੋਲੀਆਂ ਭਰ ਕੇ ਜਾਂਦੇ ਨੇ, ਜਿਹੜੀ ਕੋਈ ਮੰਨਤ ਮੰਨਦਾ ਉਹਦੀ ਪੂਰੀ ਹੁੰਦੀ ਹੈ ਜੀ। ਇਹ ਸਿਵਾ ਵਰ ਮੋਹੇ ਹੈ, ਸੁਭ ਕਰਨ ਮਨ ਸੇ ਕਬਹੂ ਨਾ ਡਰੋ, ਨਾ ਡਰੋ ਔਰ ਸੋ ਸਭ ਚਾਹੇ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਬਸ ਬਾਬਾ ਜੀ ਦੇ ਉਸ ਲਾਈਨ 'ਤੇ ਹੀ ਅਸੀਂ ਟੁਰਦੇ ਪਏ ਹਾਂ। ਆਨੰਦ ਆਉਂਦਾ ਨਾ ਮੈਨੂੰ, ਮੇਰਾ ਮਨ ਬਸ ਲੱਗਦਾ ਕਿ ਫਟਾਫਟ ਮੈਂ ਪਹੁੰਚ। ਸੰਗਤ ਇੱਕ ਵੀ ਸੰਗਤ ਤੋਂ ਹਿੱਲੀ ਨਹੀਂ, ਮੀਂਹ ਦੇ ਵਿੱਚ ਵੀ ਬੈਠੀ ਰਹੀ ਹੈ ਔਰ ਸੇਵਾ ਕਰਨ ਵਾਲੇ ਵੀ ਉੱਦਾਂ ਹੀ ਜਜ਼ਬਾ ਔਰ ਸਾਡੀ ਸੰਗਤ ਉਸ ਤੋਂ ਵੱਧ ਜਜ਼ਬਾ ਉੱਦਾਂ ਤੋਂ ਉੱਦਾਂ ਹੀ ਮੀਂਹ 'ਚ ਵੀ ਬੈਠੇ ਰਹੇ ਜੀ। ਕੀ ਸਮਝਦੇ ਹੋ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ? ਪੂਰੀ ਗੁਰੂ ਸਾਹਿਬ ਦੀ ਕਿਰਪਾ, ਰੱਜ ਕੇ ਕਿਰਪਾ ਵਰਤਾ ਰਹੇ ਹਾਂ ਜੀ, ਇੱਥੇ ਆ ਕੇ ਜ਼ਰੂਰ ਲਾਹਾ ਕੱਟੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਾਬਾ ਦੀਪ ਸਿੰਘ ਗੁਰਦੁਆਰੇ ਆ ਕੇ ਸੇਵਾ ਕਰਦੇ ਹੋ, ਕਿੰਨਾ ਸਮਾਂ ਹੋ ਗਿਆ? ਮੈਨੂੰ ਹੋ ਗਏ 6 ਸਾਲ ਹੋ ਗਏ। ਅੱਛਾ, ਤੇ ਇੱਥੇ ਆ ਕੇ ਲੱਗਦਾ ਕਿ ਆਪਣਾ ਦੂਜਾ ਘਰ ਹੀ ਹੈ? ਹਮੇਸ਼ਾ ਹੀ ਦੂਜਾ ਕੀ ਪਹਿਲਾ ਘਰ ਇਹੀ ਹੈ ਜੀ, ਉਹ ਘਰ ਬਾਅਦ ਚ ਨੇ। ਤੇ ਸੰਗਤ ਦਾ ਕੀ ਕੀ ਰੁਝਾਨ ਦੇਖਣ ਨੂੰ ਮਿਲਦਾ ਹੈ ਸੇਵਾ ਦੇ ਦੌਰਾਨ? ਸੰਗਤ ਦੇਖੋ ਜੀ, ਸੰਗਤ ਤਾਂ ਵੱਧ ਰਹੀ ਹੈ, ਦਿਨ ਬ ਦਿਨ ਵੱਧ ਰਹੀ ਹੈ, ਔਰ ਲੋਕਾਂ ਦੀ ਸ਼ਰਧਾ ਬੜੀ ਹੈ ਔਰ ਲੋਕਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਗਰਮੀ ਨਹੀਂ ਦੇਖਦੀ ਸੰਗਤ, ਮੀਂਹ ਨਹੀਂ ਦੇਖਦੀ, ਹਨੇਰੀ ਨਹੀਂ ਦੇਖਦੀ, ਪਰਵਾਹ ਨਹੀਂ ਦੇਖਦੇ ਜੀ। ਪਿਛਲੇ ਹਫ਼ਤੇ ਬਾਰਿਸ਼ ਵੀ ਪਈ ਸੀ ਤਾਂ ਵੀ ਸੰਗਤ ਉੱਥੇ ਸਟਿਲ ਬੈਠੀ ਰਹੀ ਆ, ਕੋਈ ਉੱਠਿਆ ਨਹੀਂ ਜੀ ਉੱਥੇ। ਬਹੁਤ ਮਤਲਬ ਕਿਰਪਾ ਗੁਰੂ ਸਾਹਿਬ ਦੀ ਸਭ 'ਤੇ, ਮਤਲਬ ਜਿਹੜਾ ਆਉਂਦਾ ਝੋਲੀਆਂ ਭਰ ਕੇ ਜਾਂਦਾ। ਬਿਲਕੁਲ ਬਿਲਕੁਲ ਜੀ ਬਿਲਕੁਲ, ਉਹਦੇ ਜਦੋਂ ਆਪਾਂ ਘਰੋਂ ਚੱਲਦੇ ਹਾਂ ਨਾ, ਉਦੋਂ ਹੀ ਬਾਬਾ ਸੁਣ ਲੈਂਦਾ। ਬਾਕੀ ਆ ਗੁਰੂ ਘਰ 'ਚੋਂ ਮੈਨੂੰ ਇੰਨੀਆਂ ਵੱਡੀਆਂ ਧੀਆਂ ਮਿਲੀਆਂ ਨੇ ਜੀ। ਇਹ ਸਾਰੀਆਂ ਤੁਹਾਡੀਆਂ ਧੀਆਂ ਨੇ? ਸਾਰੀਆਂ ਧੀਆਂ ਨੇ ਜੀ ਮੇਰੀਆਂ। ਸਾਡੇ ਪਾਪਾ ਜੀ ਨੇ, ਇਹ ਸਾਡੇ ਪਾਪਾ ਨੇ, ਅਸੀਂ ਇਹਨਾਂ ਦੀਆਂ ਧੀਆਂ ਵਾ। ਤੁਸੀਂ ਪਿਆਰ ਦੇਖ ਸਕਦੇ ਸੰਗਤ ਦੇ ਵਿੱਚ ਆ ਕੇ, ਇੱਕ ਅਲੱਗ ਲੈਵਲ ਦਾ ਜਿਹੜਾ ਰਿਸ਼ਤਾ ਹੈ ਜਿਹੜਾ ਸੰਗਤ ਦਾ, ਸੰਗਤ ਦੇ ਨਾਲ ਹੀ ਬਣ ਜਾਂਦਾ। ਸੋ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਪ੍ਰਗਟ ਸਿੰਘ ਹੈ ਜੀ। ਅੱਛਾ, ਇੱਥੇ ਕਦੋਂ ਤੋਂ ਸੇਵਾ ਕਰ ਰਹੇ ਤੁਸੀਂ? ਇੱਥੇ ਹੋ ਗਿਆ 1 ਸਾਲ ਦੇ ਨੇੜੇ ਹੋ ਗਿਆ ਜੀ। ਅੱਛਾ, ਤੇ ਇੱਥੇ ਕਿਲੇ ਦਾ ਸਟਾਲ ਲਾਉਂਦੇ ਹੋ? ਕਿਲੇ ਦਾ ਸਟਾਲ। ਅੱਛਾ, ਜਦੋਂ ਤੁਸੀਂ ਰੇੜੀ ਲਾਉਣ ਲੱਗੇ ਹੋ ਇੱਥੇ, ਕਿੰਨੇ ਕੁ ਕੰਮ ਸਵਰੇ ਤੁਹਾਡੇ, ਕਿੰਨਾ ਕੁ ਬਾਬਾ ਜੀ ਦੀ ਖੁਸ਼ੀਆਂ ਨੇ? ਬਹੁਤ ਖੁਸ਼ੀਆਂ ਨੇ। ਅਮਲ ਤਾਂ ਮੇਰਾ 2006 ਦਾ ਸਕਿਆ, ਜਦੀਆਂ ਹੀ ਖੁਸ਼ੀਆਂ ਨੇ। ਉਦੋਂ ਪਹਿਲਾਂ ਸਿਗਰਟਾਂ ਮੇਰੀਆਂ ਦਿਹਾੜੀ ਦੀਆਂ 5 ਡੱਬੀਆਂ ਸੀ। ਅੱਛਾ, ਸਿਗਰਟ ਪੀਂਦੇ ਸੀ? ਸਿਗਰਟ ਪੀਂਦੇ ਸੀ, ਗੁਰੂ ਦੇ ਦਰ ਤੇ ਮੈਂ ਝੂਠ ਨਹੀਂ ਬੋਲੂੰ, ਬੜਾ ਮੈਨੂੰ ਬਾਬੇ ਨੇ ਦਿੱਤਾ, ਬੜਾ ਕੁਝ ਦਿੱਤਾ। ਹਾਂ, ਸਿਗਰਟਾਂ ਛੁੱਟ ਗਈਆਂ, ਤੁਸੀਂ ਅੱਜ ਅੰਮ੍ਰਿਤ ਛਕਿਆ? ਬੱਚੇ ਇੰਨੇ ਲਾਇਕ ਨੇ ਨਾ, ਮੈਂ ਕਹਿ ਨਹੀਂ ਸਕਦਾ। ਬੱਚਾ ਮੇਰਾ 28-29 ਸਾਲ ਦਾ, ਪੈਰ ਮੇਰੇ ਉਹ ਹੁਣ ਵੀ ਧੋਂਦਾ। ਬੜੀ ਦੁਨੀਆ ਘੁੰਮਿਆ ਮੈਂ, ਬੜਾ ਕੁਝ ਦੇਖਿਆ, ਤੇ ਇਹ ਜਿਹਾ ਮੈਂ ਬਹੁਤ ਗਿਣਤੀ ਚੋਂ 100 ਚੋਂ 5-10 ਬੱਚੇ ਹੋਣਗੇ ਅੱਜ ਦੇ ਸਮੇਂ ਦੇ ਵਿੱਚ, ਜਿਹਦੀ ਔਲਾਦ ਸਹੀ ਹੈ ਨਾ, ਬਿਲਕੁਲ ਜਿਹਦੀ ਔਲਾਦ ਸਹੀ ਉਹ ਵੈਸੇ ਹੀ ਸੁਖੀ ਹੈ, ਵੈਸਾ ਮੈਂ ਸੁਖੀ ਆ। ਰੁਪਈਏ ਤੋਂ ਕੀ ਲੈਣਾ ਮੈਂ? ਉਹ ਬਾਬਾ ਜੀ ਢਿੰਡਰੀਆਂ ਵਾਲੇ ਕਹਿੰਦੇ ਆ ਨਾ, ਕਹਿੰਦਾ 40,000 ਦਾ ਬੈੱਡ ਕੀ ਕਰਨਾ ਜੀ, ਉੱਥੇ ਪੈਣਾ ਹੋਇਆ ਸਾਤੋਂ, ਜਾਂ 2 ਜੀ ਲੈ ਪੈ ਕੇ ਲੜੀ ਜਾਣਗੇ। ਹਾਂਜੀ, ਹੁਣ ਤੁਸੀਂ ਅੰਮ੍ਰਿਤ, ਹੁਣ ਤੁਸੀਂ ਅੰਮ੍ਰਿਤ ਛਕਿਆ? ਅੰਮ੍ਰਿਤ ਛਕਿਆ ਜੀ। ਕਿੰਨਾ ਸਮਾਂ ਹੋ ਗਿਆ? 2006 ਦਾ ਛਕਿਆ। ਅੱਛਾ, ਜਦ ਹੀ ਮੈਨੂੰ 5 ਦਿਨਾਂ ਦੀ ਸੇਵਾ ਮਿਲਦੀ ਹੈ ਜੀ। ਅੱਛਾ ਜੀ, ਬੜੀ ਬਾਬੇ ਦੀ ਕਿਰਪਾ ਮੇਰੇ ਤੇ, ਬੜੀ ਕਿਰਪਾ ਬਾਬੇ ਜੀ, ਮਤਲਬ ਪੂਰੀ ਤਰ੍ਹਾਂ ਬਾਬਾ ਜੀ ਨੇ ਨਿਹਾਲ ਕੀਤਾ ਹੋਇਆ ਤੁਹਾਨੂੰ? ਜਦ ਹੀ ਮੈਨੂੰ ਨਿਹਾਲ ਕੀਤਾ ਪੂਰਾ, ਪੂਰੀ ਤਰ੍ਹਾਂ, ਪੂਰਾ ਜੀ ਪੂਰਾ। ਆਦੀ ਇੰਨਾ ਕੁ ਤਾਜ਼ੀ ਕਰਦੇ ਹਾਂ, ਤਾਜ਼ੀ ਖਾਂਦੇ ਹਾਂ, ਆਦੀ ਕਿਰਤ ਕਰਦੇ ਹਾਂ, ਬੜੇ ਖੁਸ਼ ਹਾਂ। ਹਾਂ, ਧੰਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਾਹਿਗੁਰੂ। ਤੁਸੀਂ ਤੇ ਕਦੋਂ ਤੋਂ ਸੇਵਾ ਕਰ ਰਹੇ ਹੋ ਬਾਬਾ ਦੀਪ ਸਿੰਘ? ਜੋ ਦੇ ਗੁਰਸੇਵ ਲਿਆ ਰਹੇ ਨੇ,
ਕਿੰਨਾ ਸਮਾਂ ਹੋ ਗਿਆ ਤੁਹਾਡੀ ਕਿਹੜੀ ਕਿਹੜੀ ਮੁਰਾਦਾਂ ਪੂਰੀਆਂ ਹੋਈ ਸੇਵਾ ਕਰਨ ਦੇ? ਦੇਖੋ ਮੁਰਾਦਾਂ ਤਾਂ ਸਾਰੀਆਂ ਹੀ ਪੂਰੀਆਂ ਹੋਈਆਂ, ਪਰ ਇਹ ਨਹੀਂ ਹੁੰਦਾ ਕਿ ਕਦੋਂ ਦੇ ਆ ਰਿਹਾ, ਜਦੋਂ ਦੇ ਗੁਰਸਾਹਿਬ ਲਿਆ ਰਿਹਾ ਤਦੋਂ ਦੇ ਆ ਰਿਹਾ, ਜਦੋਂ ਉਹਦੀ ਕਿਰਪਾ ਤੋਂ ਲੈ ਆਉਂਦੇ ਨੇ ਬਸ। ਕੋਈ ਜ਼ਿੰਦਗੀ ਦਾ ਇੱਦਾਂ ਦਾ ਤਜੁਰਬਾ ਜਿਹੜਾ ਇੱਥੇ ਗੁਰੂ ਘਰ ਜੁੜਨ ਤੋਂ ਬਾਅਦ ਪੂਰਾ ਹੋਇਆ? ਮਨ ਨੂੰ ਸ਼ਾਂਤੀ, ਲੋਕਾਂ ਦਾ ਕੰਮ ਜਿਹੜਾ ਘਰ ਦਾ ਪੂਰਾ ਹੋਇਆ। ਵਾਹਿਗੁਰੂ, ਹਰ ਇੱਕ ਮੁਰਾਦ ਪੂਰੀ ਹੁੰਦੀ, ਘਰੋਂ ਨਿਕਲਣ ਤੋਂ ਪਹਿਲਾਂ ਵੱਲ ਸੋਚੀ ਦਾ ਨਹੀਂ, ਇੱਧਰ ਆਈ ਦਾ, ਘਰ ਦੇ ਘਰ ਜਾ ਕੇ ਦੇਖੀ ਦਾ, ਔਰ ਉਹ ਕੰਮ ਪੂਰਾ ਹੋਇਆ ਹੁੰਦਾ ਬਾਈ। ਮਤਲਬ ਇੰਨਾ ਸ਼ਰਧਾ ਭਾਵ ਬਣ ਚੁੱਕਾ। ਵਾਹਿਗੁਰੂ, ਸ਼ਰਧਾ ਭਾਵਨਾ ਹੈ, ਬਣਨੀ ਕੀ ਹੈ, ਗੁਰਸਾਹਿਬ ਘਰ ਹਰ ਚੀਜ਼ ਹੈ, ਔਰ ਸਾਡੀ ਭਾਵਨਾ ਕਿਉਂ ਨਹੀਂ ਬਣੂਗੀ? ਘਰੋਂ ਨਿਕਲਦੇ ਤਾਂ ਮੁਰਾਦਾਂ ਪੂਰੀਆਂ ਕਰਦੇ ਨੇ, ਅਤੇ ਸ਼ਰਧਾ ਕਿਉਂ ਨਹੀਂ ਬਣੇਗੀ? ਝੋਲੀਆਂ ਭਰਦੇ ਨੇ, ਮੰਨਦੇ ਹੋ ਬਾਬਾ ਜੀ? ਮੈਂ ਵਾਹਿਗੁਰੂ, ਮੈਂ ਕਿ ਸਾਰੀ ਦੁਨੀਆ ਮੰਨਦੀ ਹੈ, ਕੋਈ ਮੰਗ ਕੇ ਤਾਂ ਦੇਖੇ, ਇੱਥੇ ਹਰ ਚੀਜ਼ ਮਿਲਦੀ ਹੈ। ਮੇਰਾ ਕੰਮ ਜੀ ਸਬਜ਼ੀ ਦਾ ਜੀ, ਜਵਾਹਰ ਕੰਮ ਸੀ, ਉਹ ਡੁੱਗੀ ਲਾਇਆ ਜੀ। ਮੈਂ ਉਦੋਂ ਨੌਕਰੀ ਕਰਦਾ ਸੀ, ਮੈਨੂੰ ਇਹ ਨਹੀਂ ਸੀ ਪਤਾ ਮੈਂ ਮਾਲਕ ਬਣ ਜਾ ਅੱਡੇ ਦਾ, ਉਹਨੇ ਦਰ ਤੋਂ। ਤੁਸੀਂ ਰੋਜ਼ ਆਉਂਦੇ ਹੋ? ਹਾਂਜੀ, ਰੋਜ਼ ਆਉਂਦੇ। ਰੋਜ਼ ਆ ਕੇ ਸੇਵਾ ਕਰਕੇ ਇੰਨਾ ਅੰਦਰ ਸ਼ਰਧਾ ਭਾਵ, ਸੇਵਾ ਕਰਨ ਲੱਗੇ ਦਰ ਦੇ ਮੱਥਾ ਜ਼ਰੂਰ ਟੇਕ ਜਾਂਦੇ ਜੀ, ਸ਼ਰਧਾ ਭਾਵ ਇੰਨਾ ਬਣ ਗਿਆ। ਹਾਂਜੀ ਹਾਂਜੀ, ਮੈਨੂੰ ਲੱਗਦਾ ਕਿ ਉਹ ਨੌਕਰਾਂ ਤੋਂ ਮਾਲਕ ਬਣਾ ਦਿੰਦਾ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਚਾਲ? ਵਧੀਆ ਮੈਮ, ਤੁਸੀਂ ਦੱਸੋ, ਤੁਸੀਂ ਤੇ ਹਰ ਵਾਰੀ ਆ ਕੇ ਸੇਵਾ ਕਰਦੇ ਹੋ? ਹਾਂਜੀ ਮੈਮ, ਮੈਨੂੰ 2 ਮਹੀਨੇ ਦਾ ਹੋ ਗਿਆ, ਮੈਂ 2 ਮਹੀਨੇ ਤੋਂ ਆ ਰਹੀ ਹਾਂ, ਅਤੇ ਮੈਨੂੰ ਬਹੁਤ ਵਧੀਆ ਬਾਬਾ ਜੀ ਨੇ ਆਪਣੀ ਕਿਰਪਾ ਕੀਤੀ ਹੈ ਮੇਰੇ ਉੱਪਰ, ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਮਤਲਬ ਮੰਗਲਵਾਰ ਵਾਲੇ ਦਿਨ ਹੀ ਮੈਨੂੰ ਇੱਦਾਂ ਹੋਣ ਲੱਗ ਜਾਂਦਾ ਵੀ ਕੱਲ੍ਹ ਬਾਬਾ ਜੀ ਦਾ ਦਿਨ ਆ ਅਤੇ ਅਸੀਂ ਜ਼ਰੂਰ ਜਾਈਏ, ਅਤੇ ਮੈਨੂੰ ਇੱਥੇ ਗੁਰੂ ਘਰ ਬਾਰੇ ਮੈਨੂੰ ਮੇਰੀ ਫਰੈਂਡ ਨੇ ਦੱਸਿਆ ਸੀਗਾ, ਅਤੇ ਉਸ ਤੋਂ ਬਾਅਦ ਮੈਂ ਉਹਦੇ ਨਾਲ ਆਉਣ ਲੱਗ ਗਈ, ਅਤੇ ਮੈਨੂੰ ਹੁਣ ਇੰਨਾ ਵਧੀਆ ਲੱਗਦਾ, ਮਤਲਬ ਕਿ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਔਰ ਮੇਰੇ ਜਿਹੜੇ ਕੰਮ ਸੀਗੇ ਠੀਕ ਨਹੀਂ ਸੀ ਹੋ ਰਹੇ, ਅਤੇ ਹੁਣ ਉਹ ਸਾਰੇ 2 ਮਹੀਨਿਆਂ ਦੇ ਵਿੱਚ ਸਾਰੇ ਵਧੀਆ ਹੋ ਗਏ, ਅਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਬਾਬਾ ਜੀ ਦੇ ਦਰ 'ਤੇ ਆਓ ਅਤੇ ਆਪਣੀਆਂ ਮੰਗੀਆਂ ਮੁਰਾਦਾਂ, ਮਤਲਬ ਸੇਵਾ ਕਰਦੇ ਜਾਓ ਅਤੇ ਸਿੱਧੀਆਂ ਪਵਾਉਂਦੇ ਜਾਓ। ਹਾਂਜੀ ਮੈਮ, ਜ਼ਰੂਰ ਸੇਵਾ ਕਰੋ ਅਤੇ ਉਹੋ ਜਿਹਾ ਫਲ ਪਾਓ। ਬਿਲਕੁਲ। ਹਾਂਜੀ, ਤੁਸੀਂ ਵੀ ਇੱਥੇ ਆਉਂਦੇ ਹੋ? ਹਾਂਜੀ। ਕਦੋਂ ਤੋਂ ਆ ਰਹੇ ਸੇਵਾ ਕਰ ਰਹੇ? ਮੈਂ ਤੀਸਰਾ ਬੁੱਧਵਾਰ ਹੈ। ਹਾਂਜੀ, ਤੀਸਰਾ ਬੁੱਧਵਾਰ ਹੈ ਜੀ। ਹਾਂਜੀ। ਕਿੰਨਾ ਕੁ ਸ਼ਰਧਾ ਭਾਵ ਦੇਖਣ ਨੂੰ ਮਿਲਿਆ ਤੇ ਸੰਗਤਾਂ 'ਚ? ਬਹੁਤ ਜ਼ਿਆਦਾ ਮਿਲਿਆ ਵਾ। ਹਾਂਜੀ। ਤੁਹਾਡੇ ਕਿਹੜੇ ਕਿਹੜੇ ਕੰਮ ਸਭ ਰਹੇ ਹੁਣ ਤੱਕ? ਦੇਖੋ, ਹਜੇ ਤਾਂ ਸ਼ੁਰੂਆਤ ਆ ਕਿ ਮਹਾਰਾਜ ਜੀ ਆਪੇ ਕਰਨਗੇ ਜੋ ਕਰਨਾ ਉਹਨਾਂ ਨੇ। ਹਾਂਜੀ, ਭਰੋਸਾ? ਹਾਂਜੀ ਹਾਂਜੀ, ਬਹੁਤ ਜ਼ਿਆਦਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ ਸਿਵਾ ਵਰ ਮੋਹੇ ਹੈ, ਸੁਭ ਕਰਨ ਮਨ ਸੇ ਕਬਹੂ ਨਾ ਡਰੋ, ਨਾ ਡਰੋ ਔਰ ਸੋ ਸਭ ਚਾਹੇ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਬਸ ਬਾਬਾ ਜੀ ਦੇ ਉਸ ਲਾਈਨ 'ਤੇ ਹੀ ਅਸੀਂ ਟੁਰਦੇ ਪਏ ਹਾਂ। ਕਿੰਨਾ ਕੁ ਆਨੰਦ ਆਉਂਦਾ ਇੱਥੇ ਬੁੱਧਵਾਰ ਚੁਪਹਿਰੇ ਸਾਹਿਬ 'ਤੇ? ਬਹੁਤ ਜ਼ਿਆਦਾ। ਸ਼ੁਰੂ ਤੋਂ ਤਾਂ ਮੈਂ ਪਹਿਲਾਂ ਹੀ ਆਉਂਦੀ ਸੀ, ਪਾਠ ਕਰਦੀ ਸੀ ਜਾਂ ਲੰਗਰ ਹਾਲੇ ਚਲੇ ਜਾਏ, ਫਿਰ ਇਹ ਦੀਦੀ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਆ ਕੇ ਸੇਵਾ ਕਰ। ਇੰਨਾ ਆਨੰਦ ਆਉਂਦਾ ਨਾ ਮੈਨੂੰ, ਮੇਰਾ ਮਨ ਬਸ ਲੱਗਦਾ ਕਿ ਫਟਾਫਟ ਮੈਂ ਪਹੁੰਚਾ। ਤੁਸੀਂ ਇਮੋਸ਼ਨਲ ਹੋ ਰਹੇ ਹੋ, ਮਤਲਬ ਇੰਨਾ ਅੰਦਰੋਂ ਪਿਆਰ ਪੈ ਗਿਆ। ਬਾਬਾ ਜੀ ਦੇ ਸਾਡੇ ਘਰ ਜੋਤ ਵੀ ਜਲਦੀ ਹੈ, ਪੈਰਾਂ ਵੀ ਆਉਂਦਾ ਬਾਬਾ ਜੀ ਦਾ। ਹਾਂ, ਜੋਤ ਜਲਦੀ ਪੈਰਾਂ ਆਉਂਦਾ, ਨਾਲੇ ਪਹਿਲੇ ਅਸੀਂ ਸ਼ਹੀਦਾਂ ਸਾਹਿਬ ਦਰਬਾਰ ਸਾਹਿਬ ਜਾਂਦੇ ਸੀ, ਅਤੇ ਹੁਣ ਬਾਬਾ ਜੀ ਬਿਲਕੁਲ ਨੇੜੇ ਨੇ, ਨਾਲੇ ਪ੍ਰਤੱਖ ਨੇ ਹੁਣ ਤਾਂ। ਹਾਂ, ਜਦੋਂ ਦਾ ਬਣਿਆ ਸੀ ਉਦੋਂ ਦਾ ਆ ਰਹੇ ਹਾਂ। ਹਾਂਜੀ, ਝੋਲੀਆਂ ਭਰੀਆਂ ਪੂਰੀਆਂ ਬਾਬਾ ਜੀ? ਬਹੁਤ ਜ਼ਿਆਦਾ, ਹਰ ਜਗ੍ਹਾ ਖੁਸ਼ੀਆਂ ਹੀ ਖੁਸ਼ੀਆਂ ਨੇ। ਹਾਂਜੀ ਹਾਂ, ਠੀਕ। ਵੀਰੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜੀ, ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ। ਹਰ ਬੁੱਧਵਾਰ ਆਈਦਾ, ਚੁਪਹਿਰਾ ਸਾਹਿਬ 'ਤੇ ਸੇਵਾ ਕਰੀਦੀ, ਐਵਰੀਡੇ ਆਈਦਾ, ਐਵਰੀਡੇ ਮੱਥਾ ਵੀ ਟੇਕਿਆ ਜਾਈਦਾ, ਅਤੇ ਹਰ ਬੁੱਧਵਾਰ ਚੁਪਹਿਰਾ ਸਾਹਿਬ ਦੇ ਵਿੱਚ ਆ ਕੇ ਸੇਵਾ ਕਰੀਦੀ ਹੈ, ਬੜਾ ਆਨੰਦ ਆਉਂਦਾ। ਅਤੇ ਮਹਾਰਾਜ ਅੱਗੇ ਜੋ ਅਰਦਾਸ ਬੇਨਤੀ ਕਰਕੇ ਜਾਓ, ਅਤੇ ਸੱਚੇ ਪਾਤਸ਼ਾਹ ਮਹਾਰਾਜ ਮਨੋਕਾਮਨਾ ਸਾਰੀਆਂ ਪੂਰੀਆਂ ਕਰਦੇ ਨੇ।
ਕਿ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦੀ ਬੜੀ ਮਿਹਰ। ਜਿੱਥੇ ਅੱਜ ਦੇ ਨੌਜਵਾਨ ਗਲਤ ਰਾਏ ਪੈਂਦੇ ਪਏ ਆ, ਉੱਥੇ ਇੱਥੇ ਆ ਕੇ ਵੱਡੀ ਗਿਣਤੀ 'ਚ ਨੌਜਵਾਨ ਸੇਵਾ ਵੀ ਕਰਦੇ ਨੇ, ਉਹਦੇ ਬਾਰੇ ਨਹੀਂ? ਬਿਲਕੁਲ, ਇਹ ਚੰਗੀ ਗੱਲ ਹੈ ਕਿ ਜਿੰਨੇ ਵੀ ਨੌਜਵਾਨ ਜਿਹੜੇ ਗਲਤ ਰਾਹਾਂ 'ਤੇ ਪਏ ਹੋਏ ਨੇ, ਉਹਨਾਂ ਨੂੰ ਚਾਹੀਦਾ ਕਿ ਮਹਾਰਾਜ ਦੇ ਅਸੀਂ ਲੜ ਲੱਗੀਏ, ਅਤੇ ਉਹਨਾਂ ਦੀ ਜਿਹੜੇ ਉਹ ਗਲਤ ਰਾਹਾਂ 'ਤੇ ਲੱਗੇ ਹੋਏ ਨੇ, ਅਤੇ ਉਹ ਚੀਜ਼ ਆਟੋਮੈਟਿਕ ਉਹਨਾਂ ਦੀ ਛੁੱਟ ਜਾਏਗੀ। ਆ ਕੇ ਮੈਂ ਤਾਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਚੁਪਹਿਰਾ ਸਾਹਿਬ ਦੇ ਵਿੱਚ ਆ ਕੇ ਹਾਜ਼ਰੀ ਭਰੋ, ਤੁਸੀਂ 12 ਤੋਂ 4 ਆ ਕੇ ਹਾਜ਼ਰੀ ਭਰੋ, ਜਿਹੜੇ ਤੁਹਾਡੇ ਰੁਕੇ ਕਾਰਜ ਨੇ ਸਾਰੇ ਹੋ ਜਾਣਗੇ, ਜਿਹੜਾ ਕੋਈ ਗਲਤ ਸਾਈਡ ਲੱਗਿਆ ਉਹ ਸਾਰਾ ਚੰਗੇ ਪਾਸੇ ਹੋ ਜਾਏਗਾ। ਬਾਬਾ ਜੀ ਦੀ ਬੜੀ ਮਿਹਰ ਹੈ ਸਾਡੇ ਪਰਿਵਾਰ 'ਤੇ, ਅਤੇ ਬਸ ਬਾਬਾ ਜੀ ਨੇ ਸਾਡੇ ਵਾਸਤੇ ਜੋ ਵੀ ਕੁਛ ਨੇ, ਸਾਡੇ ਬਾਬਾ ਜੀ ਨੇ, ਬ੍ਰਹਮ ਗਿਆਨੀ ਬਾਬਾ ਦੀਪ ਸਿੰਘ।